ਅਸੀਂ ਵੱਡੀ ਖਬਰ ਅਬੋਹਰ ਤੋਂ ਸਾਹਮਣੇ ਆ ਰਹੀ ਹੈ। ਅਬੋਹਰ ਦੇ ਅਜੀਤ ਨਗਰ ਦੇ ਵਿੱਚ ਸਵੇਰੇ ਸਵੇਰੇ ਬੱਚਿਆਂ ਨੇ ਆਪਸੀ ਝਗੜੇ ਨੇ ਖੂਨੀ ਰੂਪ ਧਾਰਨ ਕਰ ਲਿਆ, ਜਿਸ ਦੇ ਚੱਲਦੇ ਬੱਚਿਆਂ ਦੇ ਪਰਿਵਾਰ ਵੱਲੋਂ ਇੱਕ ਦੂਜੇ ਦੇ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ। ਇਸ ਦੌਰਾਨ 6 ਲੋਕ ਜ਼ਖਮੀ ਹੋਏ ਨੇ ਤੇ ਉਹਨਾਂ ਵਿੱਚ ਦੱਸਿਆ ਜਾ ਰਿਹਾ ਕਿ 5 ਲੋਕਾਂ ਦੀ ਤਾਂ ਗੰਭੀਰ ਜ਼ਖਮੀ ਹਾਲਤ ਹੋਈ ਹੈ, ਜਿਸ ਕਰਕੇ ਹਸਪਤਾਲ 'ਚ ਦਾਖਲ ਕਰਵਾ ਦਿੱਤਾ ਗਿਆ। ਹਸਪਤਾਲ ਜਾ ਕੇ ਵੀ ਇਹਨਾਂ ਨੂੰ ਸਬਰ ਨਾ ਆਇਆ, ਉੱਥੇ ਵੀ ਲੜਾਈ ਕਰਨੀ ਸ਼ੁਰੂ ਕਰ ਦਿੱਤੀ, ਜਿਸ ਕਰਕੇ ਉੱਥੇ ਪੁਲਿਸ ਨੂੰ ਬੁਲਾਉਣਾ ਪਿਆ। ਆਪਣੇ ਪੜੋਸੀ ਹੈਗੇ ਜੀ। ਅੱਛਾ, ਠੀਕ ਹੈ। ਇਹ ਘਰੋਂ ਨਿਕਲਦੇ ਸੀ, ਇਹਨਾਂ ਦੇ ਮੁੰਡੇ ਗਲੀ 'ਚ ਆਉਂਦੇ ਸੀ ਅਤੇ ਮੋਟਰਸਾਈਕਲ ਲਿਆ ਕੇ ਬੜਾ ਤੇਜ਼ ਮਾਰਿਆ ਪੜੋਸੀਆਂ ਦੇ ਮੋਟਰਸਾਈਕਲ ਦੇ ਵਿੱਚ। ਵੀ ਚੱਲ ਇਹਨਾਂ ਨੂੰ ਗੁੱਸੇ ਮਾਰਨੇ, ਕੋਈ ਇੱਕ ਦੀ ਸਪੀਡ ਮਾਰਦੀ ਬੱਚੇ ਦੇ, ਉਹਨੇ ਕਰਤਾ ਘਰੇ ਫੋਨ ਵੀ ਤੀਹ ਮੇਰੀ ਚਪੇੜਾਂ ਮਾਰੀਆਂ ਇਹਨਾਂ ਨੇ। ਉਹਨਾਂ ਨੇ 15 ਕੁ ਬੰਦੇ ਆਏ ਆ ਜਿਹਨੇ ਆਪਾਂ ਨਾਮ ਨਹੀਂ ਜਾਣਦੇ ਗਏ, ਉਹਨੇ ਪੁੱਛਿਆ ਨਹੀਂ, ਦੱਸਿਆ ਨਾ, ਅਸੀਂ ਰੁਕਦੇ ਵੀ ਰਹੇ, ਇੱਕ ਮਿੰਟ ਗੱਲ ਸੁਣ ਲਓ, ਗੱਲ ਸੁਣ ਲਓ ਯਾਰ। ਉਹਨੇ ਘਰੇ ਵੜ ਕੇ ਤਰਪਾਲਾਂ ਨਾਲ ਵੱਢੇ ਆਏ, ਇਹ ਗੁੰਡਾਗਰਦੀ ਕੀਤੀ ਇਹਨਾਂ ਨੇ। ਕੀ ਮਤਲਬ ਕੋਈ ਗੱਲ ਸਿਰਫ ਇੰਨੀ ਹੋਈ ਹੈ ਵੀ ਮੋਟਰਸਾਈਕਲ ਵਿੱਚ ਮਾਰਿਆ ਸੀ? ਹਾਂਜੀ। ਅੱਛਾ, ਹੁਣ ਕਿੰਨੇ ਕੁ ਜਣੇ ਗਾਇਲ ਹੈ? 4 ਹੈਗੇ ਆ ਜੀ। ਕੌਣ ਕੌਣ ਨਾਮ ਨੂੰ ਪਤਾ ਜੀ? ਹਾਂਜੀ। ਕੀ ਨਾਂ ਹੈ? ਸੁਰਿੰਦਰ ਸਿੰਘ, ਗੁਰਦੇਵ ਗੁਰਦੇਵ ਸਿੰਘ ਅਤੇ ਅਮਰਜੀਤ ਕੌਰ, ਇੱਕ ਲਕਸ਼ਮੀ ਹੈ ਜਿਹੜੀ ਸਾਈਡ 'ਤੇ ਖੜੀ ਸੀ, ਆਪ ਖੜ੍ਹ ਜਾਂਦੇ ਹਾਂ ਅਤੇ ਉਹਦੇ ਵੀ ਪੈ ਖੜ੍ਹੇ, ਉਹਦੇ ਪੈਕਰ ਪਾਉਣ ਮਾਰ ਸਿਰ ਦੇ ਵਿੱਚ। ਕੀ ਕਾਰਵਾਈ ਦੀ ਮੰਗ ਕਰਦੇ ਹੋ ਤੁਸੀਂ? ਮਤਲਬ ਅਜੀਤ ਨਗਰ 'ਚ ਗੁੰਡਾਗਰਦੀ ਹੋਈ ਹੈ, ਇਹ ਵੀ ਕਰ ਵੀ ਇਹ ਵੀ ਇਹਨੂੰ ਚਲ ਹੱਕ ਮਿਲਣਾ ਚਾਹੀਦਾ ਵੀ ਇਹ ਘਰੇ ਵੀ ਇੱਕ ਮੋਟਰਸਾਈਕਲ ਭੰਨ ਦੇਣਾ ਦਾ, ਇਹ ਘਰੇ ਵੀ ਪੈਕ ਪਾਉਣ। ਟਹਿਲਕਾ ਨਿਊਜ਼। ਜੇਕਰ ਸੱਚ ਲਿਖਣਾ, ਸੱਚ ਬੋਲਣਾ ਬਗਾਵਤ ਹੈ ਤਾਂ ਸਮਝੋ ਟਹਿਲਕਾ ਨਿਊਜ਼ ਬਾਗੀ ਹੈ। ਸਰਕਾਰ ਤੱਕ ਪਹੁੰਚਾਉਣ ਲਈ ਤਹਿਲਕਾ ਨਿਊਜ਼ ਹਰ ਟਾਈਮ ਹਰ ਵਕਤ ਤੁਹਾਡੇ ਨਾਲ ਹੈ। ਜੇਕਰ ਸਰਕਾਰਾਂ ਕਰ ਰਹੀਆਂ ਨੇ ਕਿਸਾਨਾਂ ਨਾਲ ਧੱਕਾ, ਜੇ ਸੁਣੀ ਜਾ ਰਹੀ ਗਰੀਬਾਂ ਦੀ ਗੱਲ ਤਾਂ ਪੰਜਾਬ ਦਾ ਇੱਕ ਬੇਧੜਕ ਨਿਰਧੜਕ ਤਹਿਲਕਾ ਨਿਊਜ਼ ਹਰ ਵਕਤ ਹਰ ਟਾਈਮ ਹਰ ਪਲ ਤੁਹਾਡੇ ਨਾਲ ਹੈ। ਜੇਕਰ ਕਿਸੇ ਨਾਲ ਹੋ ਰਹੀ ਹੈ ਬੇਇਨਸਾਫੀ, ਪ੍ਰਸ਼ਾਸਨ ਨਹੀਂ ਦੇ ਰਿਹਾ ਜਨਤਾ ਨੂੰ ਸਹੀ ਹੱਕ, ਤੁਹਾਡੀ ਆਵਾਜ਼ ਚੱਕਣ ਲਈ ਤੇ ਤੁਹਾਡੀ ਮਦਦ ਕਰਨ ਲਈ ਤਹਿਲਕਾ ਨਿਊਜ਼ ਹਰ ਟਾਈਮ ਹਰ ਵਕਤ ਤੁਹਾਡੇ ਨਾਲ। ਜੇਕਰ ਜਨਤਾ ਨਾਲ ਹੋ ਰਿਹਾ ਧੱਕਾ, ਰਾਜਨੀਤਿਕ ਨੇਤਾ ਜਾਂ ਸ਼ਰਾਰਤੀ ਆਂਸਰ ਜਨਤਾ ਨੂੰ ਕਰ ਰਹੇ ਨੇ ਪਰੇਸ਼ਾਨ, ਤੁਹਾਡੀ ਆਵਾਜ਼ ਨੂੰ ਬੁਲੰਦ ਕਰਨ ਵਾਸਤੇ ਤਹਿਲਕਾ ਨਿਊਜ਼ ਹਰ ਵਕਤ ਹਰ ਟਾਈਮ ਤੁਹਾਡੇ ਨਾਲ ਹੈ।